ਰੇਡਰਾਂ ਤੇ ਜਾਫੀਆਂ ਦਾ ਜਿਹਨੂੰ ਏੜ ਗੇੜ ਕਹਿੰਦੇ। ਇੱਕ ਤਾਂ ਮੇਰੀ ਬੇਨਤੀ ਹੈ ਵੀ ਫਾਲਤੂ ਕੋਈ ਖਿਡਾਰੀ ਗਰਾਊਂਡ ਦੇ ਵਿੱਚ ਖੜਾ ਨਾ ਹੋਵੇ ਜਿਹੜਾ ਮੈਚ ਦੇ ਵਿੱਚ ਚੱਲਦੇ ਮੈਚ ਤੋਂ ਇਲਾਵਾ, ਇੱਕ ਕੋਈ ਫਾਲਤੂ ਦਰਸ਼ਕ ਗਰਾਊਂਡ ਦੇ ਵਿੱਚ ਨਾ ਹੋਵੇ ਜਿਹਦੀ ਡਿਊਟੀ ਆ ਸਿਰਫ ਉਹੀ ਹੁਣ ਬਾਕੀ ਗਰਾਊਂਡ ਤੋਂ ਬਾਹਰ ਹੋ ਜਾਓ। ਤੀਜਾ ਨੰਬਰ ਮਾਈਕ ਬਾਈ ਉੱਪਰਲਾ ਬੰਦ ਹੀ ਰੱਖਿਓ ਹੁਣ, ਬਹੁਤ ਮਿਹਰਬਾਨੀ ਆ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਕਰਦੇ ਆ ਕਿਉਂਕਿ ਜਿਹੜਾ ਸਵਾਦ ਆ ਨਾ ਇਹਨਾਂ ਮੈਚਾਂ ਦੇ ਵਿੱਚ ਆਉਣਾ ਹੁੰਦਾ ਤੇ ਹੁਣ ਸਵਾਦ ਲੈ ਲੈਂਦੇ ਦੁਨੀਆਂ ਨੂੰ। ਮੈਚ ਆਪਾਂ ਜਲਦੀ ਸ਼ੁਰੂ ਕਰ ਦਈਏ, ਬੇਨਤੀ ਹੈ ਸਾਡੀ, ਮੈਚ ਆਪਾਂ ਜਲਦੀ ਸ਼ੁਰੂ ਕਰ ਦਈਏ। ਲੋਕ ਬਾਹਲੇ ਟਾਈਮ ਤੋਂ ਬੇ ਇੰਤਜ਼ਾਰ ਕਰਦੇ ਸਨ ਆਹ ਮੈਚ ਦਾ। ਇੱਕ ਪਾਸੇ ਗੱਗੀ ਲੁੱਪ ਮਾਲਵਾ ਅਕੈਡਮੀ ਹੈ, ਕੋਚ ਸਾਡੇ ਬਾਈ ਹੋਣੀ ਤਾਰ ਲੰਡੇ ਹੋਣੀ ਚੇਚੇ ਤੌਰ ਤੇ ਟੀਮ ਨੂੰ ਲੈ ਕੇ ਆਏ ਹੈ, ਵੱਡਾ ਧੰਨਵਾਦ ਕਰਦੇ ਹੈ। ਨਹਿਰੂ ਸਿੰਘਾਪੁਰ ਭਲੂਰ ਔਗੜਾਂ ਵਾਲਾ ਸੁੱਖਾ ਤੇ ਬਲਜਿੰਦਰਾ ਭਿੰਡਰ ਬਾਈ ਸਾਡਾ ਮੇਨ ਸਪੌਂਸਰ ਹੈ ਇਹ ਟੀਮ ਦੇ ਮੇਰੇ ਵੀਰੋ। ਉਧਰ ਮੱਖਣ ਪੀ ਆਰ ਟੀ ਸੀ ਵੱਡਾ ਯੋਗਦਾਨ ਹੈ ਅੱਜ ਦੇ ਕਬੱਡੀ ਕੱਪ ਦੇ ਵਿੱਚ। ਬਾਬਾ ਸੈਨ ਜਿਵੇਂ ਕਹਿੰਦੇ ਨੇ ਸੁਖ ਆਨੰਦ ਵਾਲੇ ਗੱਦੀ ਨਸ਼ੀਦ ਹੈ ਬਾਬਾ ਕੁਲਵੰਤ ਸਿੰਘ ਜੀ, ਉਹਨਾਂ ਦੇ ਵੱਲੋਂ ਮੀਤੇ ਦੇ ਪੁੱਤ ਦਾ ਸੋਨੀ ਦਾ, ਮੀਤੇ ਦੇ ਪੁੱਤ ਸੋਨੀ ਜਿੰਨੇ ਵੀ ਜੱਫੇ ਲਾਵੇਗਾ ਨਾ ਉਹਨੇ 500 ਰੁਪਏ ਹੋਣਗੇ, ਜਿੰਨੇ ਜੱਫੇ ਉਹਨੇ 500। ਸੰਤ ਬਾਬਾ ਕੁਲਵੰਤ ਸਿੰਘ ਜੀ ਗੱਦੀ ਨਸ਼ੀਦ 51,000 ਦਾ ਵੱਡਾ ਯੋਗਦਾਨ ਆਇਆ ਬਾਬਾ ਜੀ ਦੇ ਵੱਲੋਂ। ਹੁਣ ਕਹਿੰਦੇ ਵੀ ਸੋਨੀ ਜਿੰਨੇ ਜੱਫੇ ਲਾਓ ਉਹਨੇ 5-5। ਹਿੰਦੇ ਦਾ ਚੇਲਾ ਖੜਾ ਬਹਾਦਰ, ਨਾਲ ਕਹਿੰਦੇ ਦੇਵ ਖੜਾ ਹੈ, ਗਗਨ ਦਾ ਸੂਰਿਆ ਵਾਲਾ ਪਿੰਡ ਹੈ, ਐਨ ਜੱਗੇ ਚਾਚੇ ਦੀਆਂ ਚਰਚੇ ਬਹੁਤ ਵੱਡੇ ਪੱਧਰ ਤੇ ਹੁੰਦੇ ਆ, ਔਰ ਨਾਲ ਮੀਤੇ ਦਾ ਪੁੱਤ ਸੋਨੀ ਹੈ। ਹਰਦੇਵ ਨੂੰ ਤੇ ਦੁਨੀਆ ਜਾਣਦੀ ਹੈ, ਹਰਦੇਵ ਨੂੰ ਤੇ ਕਹਿੰਦੇ ਦੁਨੀਆ ਜਾਣਦੀ ਹੈ। ਗੁਰੂ ਸਰੀਆ ਸੁਖਵੀਰ ਕਹਿੰਦੇ ਤਿਆਰੀ ਦੇ ਵਿੱਚ ਹੈ, ਪਹਿਲੀ ਰੋਡ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ। ਆ ਗੁਰੂ ਸਰੀਆ ਕਹਿੰਦੇ ਸੁਖਵੀਰ ਹੈ, ਚਾਰ ਜਾਫੀ ਤਿਆਰ ਨੇ, ਇੱਕ ਪਾਸੇ ਸੂਰੇ ਵਾਲੀਆ, ਆ ਦੁਨੀਆ ਦਾ ਚੋਟੀ ਦਾ ਜਾਫੀ ਮੰਨਿਆ ਪਰਮੰਨਿਆ, ਨਾਲ ਹਰਦੇਵ ਹੈ, ਨਾਲ ਬਹਾਦਰ ਹੈ, ਤੇ ਸੋਨੀ ਵੀ ਕਹਿੰਦੇ ਦੁਨੀਆ ਦੇ ਖਰੇ ਖਰੇ ਰਿੱਡ ਢਾਉਣ ਵਾਲਾ ਜਾਫੀ ਹੈ। ਆ ਸੂਰੇ ਵਾਲੀਆ ਗਗਨ ਤੇ ਸੁਖਵੀਰ, ਆ ਬੱਲੇ 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 ਬੱਲੇ, ਪਹਿਲੀ ਤੇ ਟੱਕਰ ਸਿਰੇ ਵੀ ਹੈ, ਆਓ ਸਵਾਲ। ਪੁੱਤ ਵੀਰ ਦਾ ਭਤੀਜਾ ਮੇਰਾ ਭੂਆ ਕਹਿ ਕੇ ਮੱਥਾ ਟੇਕਦਾ, ਇਹ ਤੇ ਕਹਿੰਦੇ ਤਸੱਲੀਆਂ ਹੀ ਕਰਾਉਂਦਾ ਹੈ, ਇਹ ਤੇ ਆਤੀ ਕਰਾਉਂਦਾ ਹੈ। ਆ ਦੇਖੋ ਕਹਿੰਦੇ ਦੋਦੇ ਪਿੰਡ ਦਾ ਰੁਪਿੰਦਰ ਆ, ਇਹਦੇ ਪਾਪਾ ਜੀ ਬਹੁਤ ਮੋਹ ਕਰਦੇ ਆ ਕਬੱਡੀ ਨੂੰ, ਔਰ ਕਹਿੰਦੇ ਕਬੱਡੀ ਦੀ ਦੁਨੀਆਂ ਦੇ ਵਿੱਚ ਇਹਦੇ ਚਰਚੇ ਆ, ਇਹ ਇੰਗਲੈਂਡ ਦੇ ਯੂਰਪ ਦੇ ਮੈਦਾਨਾਂ ਦੇ ਵਿੱਚ ਧੂੜਾਂ ਪੁੱਟਣ ਵਾਲਾ ਔਰ ਰੁਪਿੰਦਰ ਸਿੰਘ ਪੀਸ਼ਾ, ਕਹਿੰਦੇ ਮੁਕਾਬਲਾ ਉਹਦੇ ਨਾਲ ਹੋ ਗਿਆ ਜਿਹਦਾ ਕਹਿੰਦੇ ਉਹ ਬੱਲੇ ਬੱਲੇ ਮਲਕਦੇ ਲਾਗੇ ਜਗਰਾਓ ਦੇ ਕੋਲੇ, ਉਹ ਜੰਡੀ ਦੇ ਕੋਲੇ ਦੇ ਕਰਕੇ ਪਿੰਡ ਹੈ, ਪਰ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਦੇ ਵਿੱਚ ਜਾਣਾ ਹੋਇਆ। ਪਿਸਟਲ ਭਿੰਡਰਾਂ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹਰਪਾਲ ਪਾਲ ਦੇ ਵੱਲੋਂ, ਫੱਕਰ ਚੰਡੇ ਦੇ ਸੋਨੀ ਦਾ ਹਰ ਇੱਕ ਜੱਫਾ ਕਿਸੇ ਦਾ ਹੋਣਾ, ਹਰ ਇੱਕ ਜੱਫਾ ਕਿਸੇ ਦਾ ਹੋਵੇਗਾ। ਹਰਦੇਵ ਮੁੰਡਿਆਂ ਨੂੰ ਕਹਿ ਜੱਫਾ ਲਾਉਣਾ ਪੈਣਾ ਗੱਭਰੂਆ, ਪਰ ਸੂਰੇ ਵਾਲੀਆ ਪੁਰੀ ਤੇ ਆ ਗਿਆ, ਪੁਰੀ ਤੇ ਹੋ ਗਿਆ, ਸੂਰੇ ਵਾਲੀਆ ਕਿਹਦੇ ਬੱਲੇ ਬੱਲੇ ਕਰਾ ਗਿਆ, ਬੰਦੇ ਨੂੰ ਮਿਲਿਆ ਵੇ ਤੇਰਾ ਪਿਆਰ ਵਜੀਫੇ ਵਰਗਾ, ਲੋਕੀ ਕਹਿਣਗੇ ਗੱਭਰੂ ਰੋਲਤਾ ਬਰਜ ਖਲੀਫੇ ਵਰਗਾ। ਮੁੰਡਾ ਕਹਿੰਦੇ ਮੀਰਪੁਰੀਆ ਸੁਖਮਨ ਕਬੱਡੀ ਪਾ ਰਿਹਾ, ਸੁਖਮਨ ਕਬੱਡੀ ਪਾ ਰਿਹਾ ਹੈ, ਅੰਮ੍ਰਿਤ ਦੇ ਨਾਲ ਹੋਇਆ ਹੱਥ ਜੋੜੀਆਂ। ਲੱਖਾ ਜੀ ਛਿੰਦਾ ਜੀ, ਲੱਖਾ ਖਿੰਡਾ, ਮਨੂ ਰੰਧਾਵਾ, ਦੀਦਾਰ ਜੱਜ ਜੀ ਰਾਣੀਆਂ ਤੋਂ ਬੋਲਾਂ ਦੇ ਬਹੁਤ ਵੱਡੇ ਮਾਨ ਸਨਮਾਨ ਪੁੱਜਦੇ ਕਰਕੇ ਗਏ ਹੈ, ਸੋ ਧੰਨਵਾਦ ਹੈ। ਅਗਲੀ ਕਬੱਡੀ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ, ਅੱਜ ਕਹਿੰਦੇ ਬੱਲੇ ਬੱਲੇ ਕਰਾਉਣ ਦਾ ਦਮ ਰੱਖਦੇ ਹੈ, ਉਹ ਲੰਮਾ ਖੜਾ ਹੈ ਲੰਡਿਆਂ ਵਾਲਾ, ਕਿ ਲੰਡਿਆਂ ਵਾਲੇ ਤਾਰ ਦਾ ਕਹਿਣਾ ਆ ਗਿਆ ਵਿੱਚ ਜੋਸ਼ ਦੇ ਚੈਣਾ, ਧਰਤੀ ਪੰਪ ਜੋ ਲਾਵੇ ਨਾ, ਕਹਿੰਦਾ ਚੱਕਲਾ ਸ਼ੇਰ ਜਵਾਨਾ ਰੇਡਰ ਸੁੱਕਾ ਜਾਵੇ ਨਾ, ਹੋ ਚੱਕਲਾ ਸ਼ੇਰ ਜਵਾਨਾ ਰੇਡਰ ਸੁੱਕਾ ਜਾਵੇ ਨਾ। ਆ ਚੱਠੇ ਵਾਲਾ ਬੁੱਗਾ ਕਬੱਡੀ ਦੀ ਦੁਨੀਆਂ ਦਾ ਮਸਤ ਮਾਲਾ, ਇੱਕ ਕੰਨੀ ਤੇ ਲੰਬੀ ਖੜਾ ਹੈ ਜਿਹਦਾ ਭਲੂਰ ਪਿੰਡ ਹੈ, ਮੇਜਰ ਬਰਾੜ ਅਨੋਖ ਢਿੱਲੋ ਨਹਿਰੂ ਵਰਗੇ ਵੱਡੇ ਵੱਡੇ ਪ੍ਰਮੋਟਰਾਂ ਦੀਆਂ ਗੱਲਾਂ ਚੱਲਦੀਆਂ ਨੇ, ਇਹ ਲੰਬੀ ਆਏ ਜਿਹਨੂੰ ਟੱਚ ਕੀਤਾ ਤੇ ਪੁਆਇੰਟ ਚੱਠਿਆਂ ਵਾਲੇ ਬੁੱਗੇ ਦੇ ਖਾਤੇ ਆਏ, ਉਹ ਡਿੱਗ ਪਿਆ ਡਿੱਗ ਪਿਆ ਡਿੱਗ ਪਿਆ,
जिवें चिकड़ च शराबी डिगदा है पेंदी रेड ते आ जा उत्थे लाओ कहिंदे गग्गी लोको मालवा अकैडमी दे वल्लों कबड्डी पैण लगी है चार जफी हल्का हल्का पछाह नूं हटदे जा रहे है हुण किहड़ा ढाके हिक ते बैठेगा किहड़ा बल्ले बल्ले करवा देगा बहादुर ने कहिंदे ट्राई कीती मेरे मित्रों सज्जो तो खब्बे आ बल्ले 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 ਉਹ ਮੁੰਡਾ ਕਹਿੰਦੇ ਚੋਟੀ ਦਾ ਨੰਬਰ ਜੁੜ ਗਿਆ ਆਓ ਮੁੰਡਾ ਕਹਿੰਦੇ ਨੰਬਰ ਦੇ ਵਾਧੇ ਕਰ ਦਿੱਤੇ ਆਪਣੀ ਟੀਮ ਦੇ ਲਈ ਉਧਰ ਮੁੰਡਾ ਡਿੱਗਦਾ ਡਿੱਗਦਾ ਹੀ ਆਇਆ ਹੈ ਮੁੰਡਾ ਡਿੱਗਦਾ ਡਿੱਗਦਾ ਆਇਆ ਜਿਵੇਂ ਆਖੇ ਮਗਰ ਗੰਨਿਆਂ ਦੀ ਟਰਾਲੀ ਹੋਵੇ ਆਖੇ ਮਗਰ ਗੰਨਿਆਂ ਦੀ ਟਰਾਲੀ ਹੋਵੇ ਇਹਦਾ ਦੇਸੀ ਯੋਧਾ ਪਿੰਡਾ ਹੈ ਇਹਦਾ ਗੇਜਾ ਨਵਾ ਹੈ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਇੱਕ ਇੱਕ ਕਬੱਡੀ ਅੱਜ ਤਸੱਲੀ ਵਾਲੀ ਪੈਂਦੀ ਹੈ ਇੱਕ ਇੱਕ ਕਬੱਡੀ ਆਹ ਤਸੱਲੀ ਵਾਲੀ ਪੈਂਦੀ ਹੈ ਜ਼ਿਲ੍ਹੇ ਬਠਿੰਡੇ ਦੇ ਨਾਥਿਆਂ ਦੇ ਪਿੰਡ ਦੇ ਅੰਮ੍ਰਿਤ ਦੇ ਨਾਲ ਹੋ ਗਿਆ ਮੁਕਾਬਲਾ ਐਨ ਕਹਿੰਦੇ ਬਹਿ ਜਾ ਬਹਿ ਜਾ ਲਾਲਾ 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 ਕਬੱਡੀ ਮੁੰਡੇ ਨੇ ਕਹਿੰਦੇ ਚੋਟੀ ਦਾ ਨੰਬਰ ਜੋੜ ਦਿੱਤਾ ਹੈ ਯਾਦਵਿੰਦਰ ਯਾਦੂ ਕਹਿੰਦਾ ਨਹੀਂ ਵਾਲਾ ਪਿੰਡੋ ਕੈਨੇਡਾ ਜਾ ਵਸਿਆ ਵੀ ਨਾਥਿਆਣੀਏ ਨੂੰ ਆਪਾਂ ਸਵਿਫਟ ਗੱਡੀ ਦੇਣੀ ਹੈ ਉਹ ਮੁੰਡਾ ਕਹਿੰਦੇ ਅੰਮ੍ਰਿਤ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਆਹ ਨੌਜਵਾਨ ਕਹਿੰਦੇ ਕਾਲੋ ਕੇ ਪਿੰਡ ਦਾ ਨੌਜਵਾਨ ਹੈ ਕਹਿੰਦੇ ਰਣਜੀਤ ਕਬੱਡੀ ਪਾ ਰਿਹਾ ਹੈ ਕਾਲੋ ਕਹਿੰਦੀ ਧਰਤੀ ਹੈ ਜ਼ਿਲ੍ਹੇ ਬਠਿੰਡੇ ਦਾ ਮਾਣ ਹੈ ਫੱਕਰ ਝੰਡੇ ਵਾਲਾ ਸੋਨੀ ਕੋਸ਼ ਕਰਦਾ ਹੋਇਆ ਪਰ ਨੰਬਰ ਰਣਜੀਤ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਗਲੀ ਮੈਚ ਦੀਆਂ ਟੀਮਾਂ ਜਿਹੜੀਆਂ ਉਹ ਜਲਦੀ ਤਿਆਰੀ ਕਰਕੇ ਖੇਡ ਮੈਦਾਨ ਦੇ ਵਿੱਚ ਆ ਜਾਣ ਆਹ ਦੋਦੇ ਵਾਲਾ ਕਹਿੰਦੇ ਰੁਪਿੰਦਰ ਕਬੱਡੀ ਪਾ ਰਿਹਾ ਆਹ ਦੋਦੇ ਵਾਲਾ ਕਹਿੰਦੇ ਰੁਪਿੰਦਰ ਭੀਸ਼ਾ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਨੂੰ ਉਹ ਭਲੂਰ ਵਾਲਿਆ ਫੜ ਲੈ ਜੇ ਫੜ ਹੁੰਦਾ ਤੇ ਉਹ ਲੱਭੀ ਓ ਲਾ ਰੇ ਢਹਿ ਹੁੰਦਾ ਤੇ ਆਹ ਮੁੰਡਾ ਕਹਿੰਦੇ ਭਲੂਰੀਆ ਇਸ ਵੇਲੇ ਕੋਸ਼ਿਸ਼ ਕਰਦਾ ਹੋਇਆ ਪਰ ਦੋਦੇ ਵਾਲਾ ਦੁਨੀਆ ਨਚਾ ਗਿਆ ਦੁਨੀਆ ਨਚਾ ਗਿਆ ਬਾਬੇ ਧਿਆਨ ਦੱਸਦੀ ਬਾਬੇ ਕ੍ਰਿਸ਼ਨ ਦੱਸਦੀ ਮੇਰਾ ਕਿਰਪਾ ਅਗਲੀ ਕਬੱਡੀ ਪਾਉਣ ਦੇ ਲਈ ਗੁਰੂ ਸਰੀਆ ਸੁਖਬੀਰ ਫਿਰ ਮੈਦਾਨ ਦੇ ਵਿੱਚ ਵਾਧਾ ਹੋਇਆ ਐਂਡ ਕਹਿੰਦੇ ਇੱਕ ਪਾਸੇ ਅੱਤ ਕਰਾਉਣ ਦਾ ਦਮ ਰੱਖਦਾ ਹੈ ਦੂਜੇ ਪਾਸੇ ਆ ਆ ਸੋਨੀ ਆਏ ਆ ਸੋਨੀ ਆਏ ਪਰ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਦੇ ਵਿੱਚ ਡਿੱਗਿਆ ਮੀਰਪੁਰੀਆ ਸੁਖਮਨ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਨੀਲੇ ਨੇ ਵੀ ਘਰ ਫੂਕ ਕੇ ਤਮਾਸ਼ਾ ਵੇਖਿਆ ਇਹ ਚੇਲੇ ਵਾਲ ਕੇ ਆਓ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਸੁਖਮਨ ਵੀਰ ਮੈਦਾਨ ਦੇ ਵਿੱਚ ਕੌਡੀ ਪਾਉਂਦਾ ਹੋਇਆ ਸਾਹਮਣੇ ਕੰਡਿਆਲ ਵਾਲਾ ਹੈਪੀ ਆਏ ਭਲੂਰ ਦਾ ਲੱਭੀ ਨਾਥਣ ਦਾ ਅੰਮ੍ਰਿਤ ਨਾਲ ਕਹਿੰਦੇ ਮੁੰਡਾ ਜਗਰਾਵਾਂ ਦੇ ਏਰੀਏ ਦਾ ਆਹ ਦੇਖ ਲੋ ਉਹ ਬੱਲੇ ਬੱਲੇ ਘਲਾ ਗਿਆ ਕੰਡਿਆਲ ਵਾਲੇ ਨੂੰ ਮਾਰਿਆ ਟੱਚ ਤੇ ਹਵਾ ਹਵਾ ਹੀ ਹੋ ਗਿਆ ਤਗੜੇ ਨੰਬਰ ਦੇ ਵਾਧੇ ਕਰਦਾ ਹੋਇਆ ਆਪਣੀ ਟੀਮ ਦੇ ਲਈ ਆਹ ਨੌਜਵਾਨ ਦਾ ਕਹਿੰਦੇ ਜ਼ਿਲ੍ਹੇ ਮੋਗੇ ਦੇ ਵਿੱਚ ਪਿੰਡਰ ਕਲਾਂ ਪਿੰਡ ਹੈ ਇਹ ਪਿਸਟਲ ਹੈ ਕਹਿੰਦੇ ਪਿੰਡਰਾਂ ਦੀ ਧਰਤੀ ਦਾ ਲਓ ਸਾਹਮਣੇ ਪਸਤੌਲ ਕਬੱਡੀ ਪਾ ਰਿਹਾ ਸੋਨੀ ਦੁਨੀਆ ਪਿਆਰ ਕਰਦੀ ਹੈ ਲੋਕ ਚਾਹੁੰਦੇ ਆ ਵੀ ਜੱਫਾ ਫੱਕਰ ਝੰਡੇ ਵਾਲਾ ਸੋਨੀ ਲਾਵੇ ਪਰ ਕਰੀ ਵਾਲੀਆ ਜੱਫਾ ਚੋਟੀ ਦਾ ਲਾ ਗਿਆ ਹੈ ਬੱਬੂ ਨੇ ਕਹਿੰਦੇ ਬੱਲੇ ਬੱਲੇ ਕਰਾ ਦਿੱਤੀ ਹੈ ਕਿ ਮੇਰਾ ਯਾਰ ਚਲਾਕੀਆਂ ਕਰਦਾ ਏ ਮੇਰੇ ਤੇ ਕਾਹਤੋਂ ਸੜਦਾ ਏ ਹੁਸ਼ਿਆਰੀ ਕਰਕੇ ਬੋਲਦਾ ਨੀ ਪਤਾ ਤਾਂ ਮੈਨੂੰ ਲੱਗ ਜਾਂਦਾ ਮੈਂ ਯਾਰੀ ਕਰਕੇ ਬੋਲਦਾ ਨੀ ਪਤਾ ਤੇ ਮੈਨੂੰ ਲੱਗ ਜਾਂਦਾ ਉਹ ਸਾਹਮਣੇ ਬੁੱਗਾ ਕਬੱਡੀ ਪਾ ਰਿਹਾ ਪਰ ਦੂਜੇ ਪਾਸੇ ਕਿ ਜ਼ਿਲ੍ਹਾ ਲੁਧਿਆਣਾ ਮੇਰਾ ਕੌਂਕੇ ਟਿਕਾਣਾ ਮੇਰਾ ਹੋਵੇਗੀ ਤੂੰ ਚੰਡੀਗੜ੍ਹ ਪੜ੍ਹਦੀ ਜ਼ਿਲ੍ਹਾ ਲੁਧਿਆਣਾ ਮੇਰਾ ਕੌਂਕੇ ਟਿਕਾਣਾ ਮੇਰਾ ਆਹ ਨੌਜਵਾਨ ਦਾ ਕਹਿੰਦੇ ਪੰਜ ਗ੍ਰਾਈ ਦੇ ਲਾਗੇ ਕਰਕੇ ਜਿਉਣ ਵਾਲਾ ਪਿੰਡ ਹੈ ਇਹ ਕਹਿੰਦੇ ਜਗਦੀਪ ਢਿੱਲੋਂ ਹੁਣਾਂ ਦੇ ਪਿੰਡਾਂ ਦਾ ਇਹ ਜੀਵਨ ਢਿੱਲੋਂ ਹੁਣਾਂ ਦੇ ਪਿੰਡਾਂ ਦਾ ਉਹ ਸਾਹਮਣੇ ਕਹਿੰਦੇ ਸੁੱਖਾ ਜਿਉਣ ਵਾਲੀ ਹੈ ਕਬੱਡੀ ਪਾ ਰਿਹਾ ਕਰੀ ਵਾਲੀ ਹੈ ਕਹਿੰਦੇ ਬੱਬੂ ਕੋਸ਼ ਕਰਦਾ ਹੋਇਆ ਜਸਵਿੰਦਰ ਕਬੱਡੀ ਪੈਂਦੀ ਕਰ ਗੱਲ ਮੁੰਡੇ ਦੀ ਵਾਕਈ ਕਹਿੰਦੇ ਆਹਲੇ ਦਰਜੇ ਦੀ ਕਬੱਡੀ ਆਏ ਉਧਰਲੇ ਪਾਸੇ ਚਾਰਾਂ ਦੇ ਵਿੱਚੋਂ ਕੌਣ ਵੱਧ ਕੇ ਫੜੇਗਾ ਐਨ ਕਹਿੰਦੇ ਨੇ ਅੱਕੂ ਵੀਰ ਸਰਵਣ ਵੀਰ ਮੰਗਾ ਰੋੜਾ ਜੋਲੀ ਉੱਪਲ ਛਿੰਦਾ ਗਿੱਲ ਆਹ ਲਾਡੀ ਕਾਲੜਾ ਜੀ ਲਾਡੀ ਕਾਕੜਾ ਲਾਡੀ ਕਾਕੜਾ ਸਾਡਾ ਵੀਰ ਹੈ ਪ੍ਰਮੋਟਰ ਦਰਸ਼ਨ ਜੀ ਨਾਲ ਪ੍ਰਮੋਟਰ ਰੁਪਿੰਦਰ ਜੀ
और नाल दारा कबड्डी प्लेयर जशन गुरप्रीत कोनी सरपंच सारे वीरां दा वड्डा धन्नवाद है। मोह पुजदा कीता है। उधर कहिंदे सतवीर बरूवालिया सरपंच भी आया होया है, उस भरा का भी वड्डा धन्नवाद है। पर आ देखो एक एक कबड्डी पैंदी आ, ये गोगी सेलबरा की धरती आ, मुंडा सेलबरा वाला है, मुंडा रामपुरे दे एरिए वाला कबड्डी पाके मुड़िया है। रुपिंदर सिंह दोदे वाला कहिंदे पीछा कबड्डी पाउण दे लई मैदान दे विच वधिया होया है, इहदे पापा जी बड़ा मोह करदे आ, ऐन कहिंदे चर्चा का विशा हुंदी आ। रुपिंदर की रेड ये दोदे वाले काले दे पिंड दा है, ये दोदे वाले सुरदीप दे पिंड दा है, ये दोदे वाले घोड़े दे पिंड दा है, इन्हां दे पिंड दा मालवा कबड्डी क्लब टीवी मालवा कबड्डी टीवी दोदे दे लई सोनू अरोड़ा बहुत कुछ कर जांदा है। पर आ अंक जिहड़ा रुपिंदर दे खाते दे विच लओ, रुपिंदर कहिंदे दोदे वाला बल्ले बल्ले करा गया। अगले मैच दीआं दोनों टीमां जल्दी ग्राउंड दे विच आ जाण, साडी बेनती अगले मैच दीआं दोनों टीमां उह जल्दी खेड मैदान दे विच आ जाण। लओ रणजीत कहिंदे कालो कहिंदी धरती दा कबड्डी पाउण दे लई वादा होया है, जिहड़े पिंड दे कहिंदे परम दीआं गल्लां हुंदीआं ने। डाक्टर बलजीत कहिंदे कालो कहिं वाला आओ कनेडा दे विच जा वसिआ है। आ नौजवान कहिंदे खारे वाला विक्की है, इह न्यूजीलैंड दे विच तकड़ा खेडिआ है, पर रणजीत अज नहीं हथ आउंदा, हथ तेरे नहीं आना, मैं उड जू कबूतर बन के, हाथ तेरे नहीं आना। अगली रेड कहते मीरपुरी आ सुखमन पाउण दे लई वाधा होया, साडे मनीष पलवाई का धन्नवाद है, बलजिंदर सिंह हुणा दा नाल रोशन अरोड़ा ते नाल शिंगारा सिद्धू ते मंगा अरोड़ा, इन्हां सारे वीरां दा बहुत वड्डा धन्नवाद है। मनजिंदर मन्ना बाई बलविंदर सिद्धू हुणी सोनू सिद्धू बाई हुणा दा तैं दिलों धन्नवाद है। गुरु सरिया रेड़ पा रहे है, लोड़ां दी जवानी चढ़ी है, हर पिंडियां चों कहिंदे पसीना निकलदा, पसीना तिप तिप करदा, सोनी तुरियां मान करदी है, लोक चाहुंदे आ वी साडे पिंड वाले कुछ ना कुछ करन, जफा लाउण, पर टक्कर सिरे दी आओ सामने गुरु सरिया उड जू करदा है, तकड़े नंबर दे वाधे अपनी टीम दे लई करदा होया है। सामने रेड बुग्गा पा रहा ते बोल जसविंदर बाई दे आओ कबड्डी पाउण दे लई चठियां वाला बुग्गा वधिया होया है। ये तलवंडी साबो दे इलाके दा है, कहिंदे नलुआ शेर, ओ नलुआ शेर पुत दशमेश दा सूरा सिख पंथ दी शान, कहिंदा नलुआ पुत दशमेश दा सूरा सिख पंथ दी शान, छोटा वीर शेर पंजाब दा नधड़क जरनैल महान, सत फुट चौबर दर्शनी मोडी सिख फौज दी शान, मोडी सिख फौज दी शान। अज बार गई ऊसे वाले सिद्धू ने ते पहले 17 मिंटां दे विच मिलियनां दे हिसाब दे नाल कहिंदे जट दा मुकाबला दस मैनू किथे आ, ओ जट दा मुकाबला दस मैनू किथे आ, करी वाली कोशिश करदा होया। सारे रेफरियां दा धन्नवाद, बूटा भिखी डुगर भिखी जोड़ी बड़ी प्रसिद्ध है, सारे वीरां दा दिलों धन्नवाद। आओ सामने गौरी कहिंदे कबड्डी पाउण दे लई वाधा होया, हैलो जोली वीर उहनां दा वी हैलो, साडे स्टेज दे सामने गुरचरण सिंह जी सिद्धू नारा उहनां नूं मान सम्मान दे रहे हन, साडे क्लब दे प्रधान जी ते होर अहुदेदार गुरचरण सिंह जी नारा उहनां नूं मान सम्मान दे रहे ने जी। गुरचरण सिंह जी नारा उहनां दा विशेष जिहड़ा उह सन्मान किया जा रहा है। लओ सामने गोगी सेलवरा की धरती का कबड्डी पा रहे हैं, हरपाल पाल दे वल्लों वड्डे मान दिते जाणे हैं, जेकर फकर झंडे वाला सोनी जफा लावेगा, सोनी जफा लावेगा। बाबा कुलवंत सिंह जी, बाबा कुलवंत सिंह जी सुखानंद वालिया वल्लों 500 आए, इहदा हर जफा 500 आए। अको कौडी दे मैदान दे विच आओ चर्चा दा विशा बणिआ होइआ है। उधरले पासे लाडी काकड़ा ते पिंदा ਉਹਨਾਂ ਦੇ ਵੱਲੋਂ ਮੇਰੇ ਲਈ 1100 ਦੇ ਵੱਡੇ ਮਾਣ ਤੇ ਸਨਮਾਨ ਆਏ ਹੈ। ਸੋ ਭਰਾਵਾਂ ਦਾ ਧੰਨਵਾਦ ਆਏ। ਆ ਰੁਪਿੰਦਰ ਆ ਡੋਦੇ ਪਿੰਡ ਦਾ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ। ਇੱਕ ਇੱਕ ਰੇਡ ਇਹ ਤਸੱਲੀ ਵਾਲੀ ਪਾਉਂਦਾ ਹੈ, ਇੱਕ ਇੱਕ ਕਬੱਡੀ ਇਹ ਠੋਕ ਠੋਕ ਪਾਉਂਦਾ ਹੈ, ਵਿਰੋਧੀਆਂ ਦੇ ਖੇਮੇ ਵਿੱਚ ਭੁਚਾਲ ਬਣ ਜਾਂਦਾ, ਵਿਰੋਧੀਆਂ ਦੇ ਖੇਮੇ ਵਿੱਚ ਭੁਚਾਲ ਆ ਜਾਂਦਾ ਹੈ। ਆ ਕੌਡੀ ਪਾ ਕੇ ਮੈਦਾਨਾਂ ਦੇ ਵਿੱਚ ਸਮਾਓ ਵਾਲੇ ਸੱਤੀ ਨੂੰ ਟੱਚ ਕੀਤਾ ਹੈ, ਔਰ ਅੰਕ ਜਿਹੜਾ ਰੁਪਿੰਦਰ ਦੇ ਖਾਤੇ ਆ। ਅਗਲੀ ਕਬੱਡੀ ਰਣਜੀਤ ਦੀ ਹਾਫ ਸਮਾਂ ਅੱਧਾ ਟਾਈਮ ਜਿਹੜਾ ਹੋ ਚੁੱਕਿਆ, ਆ ਵੀ ਨੰਬਰ ਵਾਲਿਆ ਦੁਨੀਆ ਨੂੰ ਦੱਸੀਏ ਵੀ ਕਿਹੜੀ ਟੀਮ ਦੇ ਜਿਹੜੇ ਉਹ ਕਿੰਨੇ ਨੰਬਰ ਹੈ, ਅੱਧੇ ਟਾਈਮ ਦੇ ਵਿੱਚ ਕਿਹੜੀ ਦੇ ਕਿੰਨੇ ਹੈ, ਔਰ ਉਸ ਤੋਂ ਬਾਅਦ ਫਿਰ ਜਿਹੜਾ ਦੁਬਾਰਾ ਕੰਟੀਨਿਊ ਉਸੇ ਤਰ੍ਹਾਂ ਮੈਚ ਚੱਲੇਗਾ। ਫੱਕਰ ਝੰਡੇ ਦੀ ਟੀਮ ਦੇ ਨੰਬਰ ਨੇ 15.5 ਤੇ ਗੱਗੀ ਲੋਪੋ ਮਾਲਵਾ ਅਕੈਡਮੀ ਦੀ ਟੀਮ ਦੇ ਨੰਬਰ ਨੇ 11, 4.5 ਨੰਬਰਾਂ ਦੇ ਫਰਕ ਦੇ ਨਾਲ ਜਿਹੜਾ ਮੈਚ ਉਹ ਖੇਡਿਆ ਜਾ ਰਿਹਾ।
ਪਾਲ ਵੀਰਾ ਨਾਲ ਸੋਨੂ ਬਾਈ ਤੇ ਹਰਜੀਤ ਵੀਰਾ ਇਹ ਵੀਰ ਕਹਿੰਦੇ ਆ ਸੋਨੀ ਦਾ ਹਰ ਇੱਕ ਜੱਫਾ ਜਿਹੜਾ ਉਹ 200 ਦਾ ਹੋਵੇਗਾ ਉਧਰ ਕਹਿੰਦੇ ਬਾਬਾ ਕੁਲਵੰਤ ਸਿੰਘ ਜੀ ਗੱਦੀ ਨਿਸ਼ਿਤ ਸੁਖਾਨੰਦ ਵਾਲੇ ਉਹਨਾਂ ਦੇ ਵੱਲੋਂ ਹਰ ਜੱਫਾ ਸੋਨੀ ਦਾ 500 ਦਾ ਹੈ ਮੀਤੇ ਦੇ ਪੁੱਤ ਦਾ ਹਰ ਜੱਫਾ 700 ਦਾ ਹੋ ਗਿਆ ਇਹ ਕਹਿੰਦੇ ਫਕਰ ਝੰਡਾ ਪੈਂਦਾ ਹੈ ਤੇ ਫਕਰ ਝੰਡਾ ਬਲਵਿੰਦਰ ਬਿੰਦੀ ਦਾ ਪੈਂਦਾ ਹੈ ਕੌਡੀ ਦੀ ਦੁਨੀਆ ਦਾ ਉਹ ਹੋਪਰ ਕੌਡੀ ਦੀ ਦੁਨੀਆ ਦਾ ਉਹ ਹੋਪਰ ਇਹ ਦਲਜੀਤ ਸਿੰਘ ਤੋਚੀ ਦਾ ਪੈਂਦਾ ਹੈ ਜਿਹੜਾ ਪ੍ਰੈਸ ਦੀ ਦੁਨੀਆ ਦੇ ਵਿੱਚ ਕਹਿੰਦੇ ਜਿਹਦੀ ਪ੍ਰੈਸ ਬੰਨੀ ਪਰਮੰਨੀ ਸੀ ਕਬੱਡੀ ਦੀ ਦੁਨੀਆ ਦੇ ਵਿੱਚ ਦਲਜੀਤ ਸਿੰਘ ਤੋਚੀ ਦਾ ਪੈਂਦਾ ਹੈ ਇਹ ਹੈਪੀ ਫਕਰ ਝੰਡੇ ਵਾਲੇ ਦਾ ਪੈਂਦਾ ਹੈ ਜਿਹਦੀ ਦਾਜ ਨੇ ਦੁਨੀਆ ਮਰੀਦ ਕੀਤੀ ਸੀ ਹਰਜੀਤ ਕਬੱਡੀ ਕਲੱਬ ਬਾਜਾ ਖੰਡ ਉਹ ਜੀਤਾ ਕਬੱਡੀ ਪਾ ਰਿਹਾ ਹੈ ਉਹ ਜੀਤਾ ਕਾਲੋ ਕਹਿੰਦੀ ਧਰਤੀ ਆਏ ਇਹ ਤਾਰੀ ਦੇ ਪਿੰਡ ਦਾ ਏ ਇਹ ਪਰਮ ਦੇ ਪਿੰਡ ਦਾ ਏ ਸੂਰੇ ਵਾਲੀ ਏ ਗਗਨ ਦੇ ਨਾਲ ਹੱਥ ਜੋੜੀਆਂ ਹੋ ਗਈਆਂ ਇੱਕ ਪਾਸੇ ਗਗਨ ਇਹ ਵੀ ਕਹਿੰਦੇ ਬੱਲੇ ਬੱਲੇ ਇਹ ਤੇ ਗੰਡਾਸੇ ਤਿੱਖੇ ਕਰੀ ਫਿਰਦਾ ਏ ਇਹ ਤੇ ਗੰਡਾਸੇ ਤਿੱਖੇ ਕਰੀ ਫਿਰਦਾ ਉਹ ਕਹਿੰਦੇ ਰਣਜੀਤ ਕਾਲੋ ਕਹਿੰਦੀ ਧਰਤੀ ਦਾ ਬੱਲੇ ਬੱਲੇ ਕਰਾ ਗਿਆ ਤਕੜੇ ਨੰਬਰ ਦੇ ਵਾਧੇ ਕਰ ਦਿੱਤੇ ਆਪਣੀ ਟੀਮ ਦੇ ਲਈ ਵੱਡੇ ਮਾਨ ਜਿਹੜੇ ਬਾਈ ਭਾਲੇ ਹੋਣਾ ਵੱਲੋਂ ਦਿੱਤੇ ਜਾਣੇ ਆ ਜੇਕਰ ਸੋਨੀ ਫੱਕਰ ਝੰਡੇ ਦਾ ਜੱਫਾ ਲਾਵੇਗਾ ਮੀਰਪੁਰੀਆ ਕਹਿੰਦੇ ਸੁਖਮਣ ਇਸ ਵੇਲੇ ਕਬੱਡੀ ਪਾ ਰਹੇ ਆ ਭਲੂਰ ਵਾਲਾ ਲੱਭੀ ਤਿਆਰ ਹੈ ਪਰ ਸਾਹਮਣੇ ਕਹਿੰਦੇ ਸੁਖਮਣ ਮੀਰਪੁਰੀਆ ਤਕੜੇ ਨੰਬਰ ਦੇ ਵਾਧੇ ਕਰਦਾ ਹੋਇਆ ਕਬੱਡੀ ਦੇ ਯੋਧੇ ਆ ਇਹ ਜੁਗ ਜੁਗ ਜੀਣ ਜਿੰਨਾ ਕਰਕੇ ਮੇਲੇ ਲੱਗਦੇ ਆ ਜਿੰਨਾ ਕਰਕੇ ਲੋਕ ਆਉਂਦੇ ਆ ਗੁਰੂਸਰ ਪਿੰਡ ਕਹਿੰਦੇ ਸੁਖਵੀਰ ਦਾ ਇਹ ਸਰਾਵਾਂ ਵਾਲੇ ਸੁਖਵੀਰ ਦੇ ਏਰੀਏ ਚੋਂ ਚੱਲ ਕੇ ਆਇਆ ਉਹ ਗੁਰੂਸਰੀਏ ਦੀ ਪਾਈ ਹੋਈ ਕਬੱਡੀ ਦੇ ਉੱਪਰ ਕੌਣ ਜੱਫਾ ਲਾਵੇਗਾ ਬੱਲੇ ਬੱਲੇ ਕਰਾ ਦੇਗਾ ਹਰਦੇਵ ਤੇ ਸੁਖਵੀਰ ਹਰਦੇਵ ਤੇ ਸੁਖਵੀਰ ਆਓ ਹੰਦਿਆਂ ਦੇ ਦਰਮਿਆਨ ਟੱਕਰ ਸਿਰੇ ਦੀ ਹੋ ਗਈ ਹੈ ਪਰ ਗੁਰੂ ਸਰੀਏ ਸੁਖਵੀਰ ਇੱਕ ਤਕੜੇ ਨੰਬਰ ਦੇ ਵਾਧੇ ਆਪਣੀ ਟੀਮ ਨੇ ਕਰਦਾ ਹੋਇਆ ਕੀਰਤ ਸਿੱਧੂ ਫੁੱਲ ਬਾਗ ਸਿੱਧੂ ਗੁਰਮੇਜ ਸਿੰਘ ਦੇ ਪੋਤਰ ਆਏ ਔਰ ਉਹਨਾਂ ਦੇ ਵੱਲੋਂ ਸੋਨੀ ਜਿੰਨੇ ਜੱਫੇ ਲਾਊ 500 ਦਾ ਜੱਫਾ ਸਿੱਧਾ ਸਿੱਧਾ ਹਿਸਾਬ ਹੈ ਸੋਨੀ 1200 ਦੇ ਜੱਫੇ ਆਏ ਔਰ ਆਹ ਦੇਖੋ ਕੌਡੀ ਪਾਉਣ ਵਾਲੀ ਬੁੱਗਾ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਇਹ ਕਹਿੰਦੇ ਤਲਵੰਡੀ ਸਾਬੋ ਗੁਰੂ ਕੀ ਕਾਸ਼ੀ ਦੇ ਏਰੀਏ ਦਾ ਇਹ ਭਾਈ ਡੱਲੇ ਦੇ ਆਓ ਸ਼ਹਿਰਾਂ ਦਾ ਕੌਡੀ ਪਾ ਕੇ ਮੁੜਿਆ ਹੈ ਕਬੱਡੀ ਪਾ ਕੇ ਮੁੜਿਆ ਹੈ ਅੱਜ ਕਹਿੰਦੇ ਕਬੱਡੀ 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 ਆਓ ਕਬੱਡੀ 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 ਭੰਗਾਰੀ ਤੋਂ ਸਾਡੇ ਵੀਰ ਹੈ ਸ਼ੁਭਦੀਪ ਸਿੰਘ ਜੀ ਸੰਧੂ ਸਾਹਿਬ ਉਹ ਵਿਸ਼ੇਸ਼ ਤੌਰ ਤੇ ਮਨੀਸ਼ ਉੱਪਲ ਜੀ ਦੇ ਨਾਲ ਯਾਰੀਆਂ ਨੇ ਯਾਰੀਆਂ ਪਗਾਉਣ ਦੇ ਲਈ ਪਹੁੰਚੇ ਹੋਏ ਆ ਵੱਡਾ ਧੰਨਵਾਦ ਆ ਆ ਜਿਉਣ ਵਾਲੇ ਦੀ ਗੱਲ ਚੱਲਦੀ ਆ ਨਾ ਤੇ ਵੱਡਾ ਸਤਿਕਾਰ ਬਖਸ਼ਿਸ਼ ਕੀਤਾ ਇਸ ਪਿੰਡ ਨੇ ਬਹੁ ਕੀਤਾ ਕਦੇ ਰਾਜਨ ਦੀਆਂ ਗੱਲਾਂ ਹੁੰਦੀਆਂ ਨੇ ਆਓ ਬੱਲੇ 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 ਕਰਵਾਉਣ ਦਾ ਦਮ ਰੱਖਦਾ ਸੁੱਖਾ ਆਓ ਸੁੱਖਾ ਆਓ ਸੁੱਖਾ ਇਹ ਤੇ ਨੈਣਾ ਦੇਵੀ ਦੇ ਪਹਾੜ ਵਰਗਾ ਕਰੀ ਵਾਲੇ ਦਾ ਬੱਬੂ ਆਓ ਪਾਸੇ ਧੱਕਣਾ ਖਾਲਾ ਜੀ ਦਾ ਵਾੜਾ ਨਹੀਂ ਕਰੀ ਵਾਲੇ ਦਾ ਬੱਬੂ ਪਾਸੇ ਧੱਕਣਾ ਖਾਲਾ ਜੀ ਦਾ ਵਾੜਾ ਨਹੀਂ ਪਰ ਸਾਹਮਣੇ ਕਹਿੰਦੇ ਰੋੜੀ ਵਾਲਾ ਗੋਰੀ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਗੱਗੀ ਲੋਪੋ ਮਾਲਵਾ ਅਕੈਡਮੀ ਦੇ 4 ਜਫੀ ਤਿਆਰ ਨੇ ਆ ਨੌਜਵਾਨ ਦਾ ਕਹਿੰਦੇ ਜ਼ਿਲ੍ਹੇ ਮੋਗੇ ਦੇ ਵਿੱਚ ਭਲੂਰ ਪਿੰਡ ਹੈ ਲੱਭੀ ਭਲੂਰ ਵਾਲਾ ਕੋਸ਼ਿਸ਼ ਕਰਦਾ ਹੋਇਆ ਪਰ ਨੰਬਰ ਜਿਹੜਾ ਹੈ ਉਹ ਫੱਕਰ ਝੰਡੇ ਦੀ ਟੀਮ ਦੇ ਲਈ ਜੁੜਦਾ ਹੋਇਆ ਅਗਲੇ ਮੈਚ ਵਾਲੀਆਂ ਦੋਨੋਂ ਟੀਮਾਂ ਜਲਦੀ ਤਿਆਰੀ ਕਰਕੇ ਖੇਡ ਮੈਦਾਨ ਦੇ ਵਿੱਚ ਪਹੁੰਚਾਉਣ ਇਹ ਸਾਡੀ ਹੱਥ ਬਣ ਕੇ ਬੇਨਤੀ ਹੈ ਆਓ ਕਹਿੰਦੇ ਕਰੀ ਵਾਲੀਆ ਫੇਰ ਪਤੰਦਰ ਜੀ ਦੇ ਮੂਹਰੇ ਹੋ ਜਾਂਦਾ ਇਹ ਤੇ ਤਰੇਲੀਆਂ ਲਿਆ ਦਿੰਦਾ ਹੈ ਜਿਹਦੇ ਮੂਹਰੇ ਹੋ ਜਾਂਦਾ ਹੈ ਇਹ ਤੇ ਤਰੇਲੀਆਂ ਲਿਆ ਦਿੰਦਾ ਹੈ ਇਹ ਤਾਂ ਐ ਲੱਗਦਾ ਜਿਵੇਂ ਮਾੜਾ ਵੈਣਕਾ ਆਓ ਤਕੜੇ ਗੱਡੇ 'ਚ ਫਸ ਗਿਆ ਹੁੰਦਾ ਹੈ ਮਾੜਾ ਵੈਣਕਾ ਤਕੜੇ ਗੱਡੇ 'ਚ ਫਸ ਗਿਆ ਹੁੰਦਾ ਹੈ ਇਹ ਤੇ ਤਸੱਲੀਆਂ ਹੀ ਕਰਾ ਦਿੰਦਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਐਨ ਵਧਿਆ ਹੋਇਆ ਰੁਪਿੰਦਰ ਆਓ ਦੋਦੇ ਵਾਲਾ ਆਓ ਦੋਦੇ ਵਾਲਾ ਆਓ ਦੋਦੇ ਵਾਲਾ ਇਹ ਭੱਲੇ 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 ਕਰਾ ਬੜਿਆ ਦੋਦੇ ਵਾਲੇ ਦੀਆਂ ਰੇਡਾਂ ਕਿਨੂੰ ਕਿਨੂੰ ਵਧੀਆਂ ਲੱਗਦੀਆਂ ਬਾਈ ਦੱਸਿਓ ਖਾਂ ਉਹ ਤਾੜੀ ਤੂੜੀ ਮਾਰ ਕੇ ਆ ਦੋਦੇ ਵਾਲਾ ਰੁਪਿੰਦਰ ਅੱਜ ਕਹਿੰਦੇ ਮੇਲਾ ਲੁੱਟ ਗਿਆ ਪੂਰੀ ਦੁਨੀਆ ਪਿਆਰ ਕਰਦੀ ਆ ਸਤਵੀਰ ਬੈਂਸ ਵੱਲੋਂ 100 ਰੁਪਇਆ ਸਤਵੀਰ ਬੈਂਸ ਮਰੂ ਵਾਲੀਆ ਉਹਦੇ ਵੱਲੋਂ ਦੋਦੇ ਵਾਲੇ ਰੁਪਿੰਦਰ ਦੇ ਲਈ ਮਾਣ ਸਨਮਾਨ ਹੈ ਗੁਪਤ ਦਾੜ ਕਹਿੰਦਾ ਰੁਪਿੰਦਰ ਦੇ ਲਈ ਪੁੱਜ ਗਿਆ ਆਓ ਗੁਪਤ ਦਾੜ ਰੁਪਿੰਦਰ ਦੇ ਲਈ ਪੁੱਜ ਗਿਆ ਪੈਂਦੀ ਰੋਡ ਤੇ ਆ ਜਾ ਉੱਥੇ
लो सामने नंबर जरा रेडर जुड़ता हो रणजीत है यदा कैलो के पिंड है नौजवान का है जगदिया हुई लाइटा पिंडो लिशकद मुंडिया के जगदिया हुई लाइटा पता लगता है सामने कहते कबड्डी पी मेरे मित्रों चार जाफी तैयार ने नाथे आने वाले कर कुजो अमृत लाज फा अमृत कर कुजो लो टक्कर अमृत ते मीरपुरी सुखमण पर अंत पे आके मुंडा कैर कर गया हम नाथियाणिया नंबर अपनी टीम के हिस्से जुड़ गया है रैफरी ने इशारा कर दिता है नंबर जोड़ा जाफिया के हिस्से जुड़ता हुआ है अगली रेड गुरु सरिया सुखवीर पौंडरी आवेगा खेड खेडा विचों वड्डी जिन्हों कहिंदे ने कबड्डी खेडी जांदी लाके पूरा तान मित्रों भंगड़ा पंजाबियों की शान मित्रों भंगड़ा पंजाबियों की शान मित्रों एवं तो नहीं पूले वाला गाँव हों के भंगड़े दे मोहरी अलबेले खेडा दी यह जिंद जान दे सिद्धू वांगू सारे ही सिफत इन्हों की करते बयान ने सिद्धू वांगू सारे ही सिफत इन्हों की करते बयान ने कहते सुखवीर आया है सोनी टच किया है यदा 1200 का जफा जो लग गया तो सोनी 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 बल्ले 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 आओ बल्ले आओ बल्ले आओ बल्ले आओ बल्ले 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 सोनी 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 चार बार ने मते करेला भाई सिद्धा सोनी को कीरत फुल बाग वालों 500 संत बाबा कुल इकबाल सिंह जी सरपंच वालों सोनी दे लई पिंदे लाडी का कठोरा वालों 500 सोनी दे लई हेलो वीर जी बाबा कुलवंत सिंह जी वालों 500 रुपया सोनी दे लई साडे कैशियर रोशन अरोड़ा जी वालों 100 रुपया सोनी नु जी आके बाद ले जाए जी सारे सोनी दे है सारे सोनी दे है हरपाल बाले वीर उन वालों 200 दे वड्डे मान जड़े वो सोनी दे लई पुजदे हो गए है उधर सुखदेव पन्नू वरिंदर पन्नू उन्हां वालों भी सोनी दे लई मान ते सरवान फड़ हले फोड़ पतंदरा एक ऐसो जी करामत होर कर दे सोनी नोटा तो महंगी चीज कुड़े ये जिंद तेरे तो भारांगे नोटा तो महंगी चीज कुड़े जिंद जान तेरे तो भारांगे सुखदेव सिंह जी पन्नू साहब बोला दे बड़े मान ते सरमान साडा बड़ा भरा है लै भी उधर ले पासे पेंदी रेट ते छोटे आ जा उथे वाह हो मनीष पल जिंदगी दे बड़े हेलो सो मैं बेनती करा सतपाल जी शर्मा ਸਾਡੇ ਇੱਥੇ ਨੇੜੇ ਖੜੇ ਨੇ ਸਟੇਜ ਤੇ ਪਹੁੰਚਣ ਜੀ ਉਹਨਾਂ ਮੰਗਾ ਵੀਰ ਯਾਦ ਕਰਦਾ ਸਤਪਾਲ ਸ਼ਰਮਾ ਜੀ ਹੋ ਸਿੱਧਾ ਸਿੱਧਾ ਕਹਦੇ ਮੰਗਾ ਰੋੜਾ ਯਾਦ ਕਰਦਾ ਹਰਜੀਤ ਤੇ ਲਵਲੀ ਵੀਰਾਂ ਨੂੰ ਵੱਲੋਂ ਸੋਨੀ ਦੇ ਲਈ 300 ਦੇ ਜਿਹੜੇ ਵੱਡੇ ਮਾਣ ਆ ਗਏ ਆ ਉਧਰ ਜਿਨ੍ਹਾਂ ਵੀਰਾਂ ਨੇ ਸਾਨੂੰ ਕਬੱਡੀ 75 ਕਿਲੋ ਭਾਰ ਦਾ ਦੂਸਰਾ ਇਨਾਮ ਦੇਣਾ ਮੇਰੇ ਵੀਰੋ ਉਹਨਾਂ ਦਾ ਮੈਂ ਬਹੁਤ ਵੱਡਾ ਧੰਨਵਾਦ ਕਰਦਾ ਹਾਂ ਉਹ 75,000 ਰੁਪਈਆ ਕੀਰਤ ਸਿੱਧੂ ਆਏ ਤੇ ਨਾਲ ਫੁੱਲਬਾਗ ਸਿੱਧੂ ਸਰਦਾਰ ਗੁਰਮੇਲ ਸਿੰਘ ਸਿੱਧੂ ਦੀ ਯਾਦ ਦੇ ਵਿੱਚ ਵੱਡੇ ਮਾਣ ਤੇ ਸਨਮਾਨ ਹੈ ਜਸਵੀਰ ਸਿੰਘ ਜੀ ਅਕਸਰ ਪੰਚ ਬੈਠੇ ਆ 71,000 ਉਹਨਾਂ ਵੱਲੋਂ ਆਏ ਉਧਰ ਕਹਿੰਦੇ ਡਾਕਟਰ ਆਏ ਡਾਕਟਰ ਅਸ਼ੀਸ਼ ਖੁਰਾਣਾ ਜੀ 51,000 ਉਹਨਾਂ ਦੇ ਵੱਲੋਂ ਆਏ ਵੱਡੇ ਮਾਣ ਤੇ ਸਨਮਾਨ ਸੰਤ ਬਾਬਾ ਕੁਲਵੰਤ ਸਿੰਘ ਜੀ ਗੱਦੀ ਨਸ਼ੀਦ ਸੁਖਾਨੰਦ ਵਾਲੇ 51,000 ਉਹਨਾਂ ਦੇ ਵੱਲੋਂ ਆਏ ਅੱਜ ਦੇ ਕਬੱਡੀ ਕੱਪ ਦੇ ਲਈ ਵੱਡੀਆਂ ਗੱਲਾਂ ਨੇ ਪੈਂਦੀ ਹੋਈ ਰੇਡ ਆ ਕਹਿੰਦੇ ਦੋਦੇ ਵਾਲਾ ਰੁਪਿੰਦਰ ਆਏ ਹਾਂ ਦੋਦੇ ਵਾਲਾ ਕਹਿੰਦੇ ਰੁਪਿੰਦਰ ਹੈ ਭਾਈ ਫੁੱਲਬਾਗ ਸਿੰਘ ਜੀ ਸਿੱਧੂ ਨਾਲ ਹਰਕੀਰਤ ਸਿੱਧੂ ਇਹਨਾਂ ਵੀਰਾਂ ਵੱਲੋਂ ਕਬੱਡੀ 75 ਕਿਲੋ ਭਾਰ ਦਾ ਦੂਸਰਾ ਪ੍ਰਾਈਜ਼ ਦਿੱਤਾ ਜਾਣਾ ਸੰਤ ਬਾਬਾ ਮੇਜਰ ਸਿੰਘ ਜੀ ਸੰਤ ਬਾਬਾ ਮੇਜਰ ਸਿੰਘ ਜੀ ਜਿਵੇਂ ਕਹਿੰਦੇ ਆਮੇ ਖਾਲਸਾ ਬੁੱਢੇ ਦਲ ਵਾਲੇ ਸੰਤ ਬਾਬਾ ਮੇਜਰ ਸਿੰਘ ਜੀ ਹਉ ਬੁੱਢੇ ਦਲ ਵਾਲੇ ਉਹਨਾਂ ਵੱਲੋਂ ਵੀ 1,00,000 ਦੀ ਵੱਡੀ ਹਉ ਰਾਸ਼ੀ ਦਿੱਤੀ ਜਾਣੀ ਹੈ ਬਾਬਾ ਜੀ ਦਾ ਧੰਨਵਾਦ ਹੈ ਇਧਰਲੇ ਪਾਸੇ ਪਹਾੜ ਉਹ ਪਹਾੜ ਉਹ ਪਹਾੜ ਇਹ ਤੇ ਪਹਾੜ ਇਹਨੂੰ ਤੇ ਬਜਰੰਗ ਬਲੀ ਸਮਝਣਾ ਚਾਹੀਦਾ ਜਿਹੜਾ ਇਧਰਲਾ ਪਹਾੜ ਚੱਕ ਲਿਆ ਆ ਪਰ ਦੂਜੇ ਪਾਸੇ ਕਹਿੰਦੇ ਮੀਰਪੁਰੀਆ ਕਬੱਡੀ ਪਾ ਰਿਹਾ ਹੈ ਇਹ ਸੁਖਮਣ ਹੈ ਕਹਿੰਦੇ ਮੀਰਪੁਰੀਆ ਕਹਿੰਦੇ ਯਾਦਾਂ ਚੋਲੇ ਵਾਲੇ ਸੁਖਮਣ ਦੀਆਂ ਨੇ ਕਹਿੰਦੇ ਬਿੱਟੂ ਦਗਾਲ ਸਤੋ ਵਿਛੜਿਆ ਆ ਬਾਲੇ ਟਾਈਮ ਰੱਖਿਆ ਫਰਦਾ ਪਰ ਸਾਹਮਣੇ ਨੰਬਰ ਜਿਹੜਾ ਉਹ ਰੇਡਰ ਦੇ ਹਿੱਸੇ ਜੁੜਦਾ ਹੋਇਆ ਮੀਰਪੁਰੀਆ ਸੁਖਮਣ ਬੱਲੇ ਬੱਲੇ ਕਰਾ ਗਿਆ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਅਜੇ ਜਮਾਨਾ ਖੜ ਖੜ ਕੇ ਵੇਖਦਾ ਗੁਰਮੇਲ ਸਿੰਘ ਜੀ ਸਰਸਾ ਸਾਹਿਬ ਸੋਨੀ ਦੇ ਜੱਫੇ ਤੋਂ ਕੁਛ ਹੋ ਕੇ 500 ਪੁੱਜਦਾ ਕੀਤਾ ਲੈ ਵੀਰੇ ਆਪਣੇ ਮਾਇਆ ਦੇ ਭੱਜ ਗਿਆ ਗਿਆਨੀ ਭੱਜ ਗਿਆ
नहीं रीसा आ सोनी दे नहीं 500 आया है उधर कहते रणजीत सिंह आए कहते जीता आके बुलाते है इहदा कहते कौडी दी दुनिया दे विच कालो के पिंडा है तारी खेडिया दिउण दे लई ओ परम दा नाओ चलदा है सिक्का इहदा भी यारां दी यारी वर्गा है ओ पल्ले बल्ले करो के जीता भज्जिया तुरिया हुंदा है ओ जीता भज्जिया तुरिया हुंदा है लो जीता कहते भज्जिया तुरिया आउंदा है चट्ठे वाली आ बुग्गा कहते अपने हिस्से भी कबड्डी पाउण दे लई खेडदे मैदान दे विच वधिया होया उधर सुखचैन सिंह भुल्लर वल्लो मीते दे पुत नूं 5 किलो देसी घिओ है सुखचैन सिंह भुल्लर वल्लो मीते दे पुत सोनी दे लई ओ 5 किलो देसी घिओ है मीता अपने समय दे विच तकड़ी कबड्डी खेडिया है पर मजबूरियां ओ मजबूरियां ते गरीबियां वड्डे वड्डे वड्डियां वड्डियां चीजां नूं दब लैंदियां पर सदके जावां इस मीते भरा दे ओ जिन्हें लोहे दियां चादरां कुट कुट के अपना पुत लोहे अरगा बनाता है लोहे दियां चादरां कुट कुट के अपना पुत लोहे अरगा बनाता है अपना पुत कहिंदे लोहे अरगा बना दिता है शादी हरी वाला शीना ग्राउंड दे विच आके साडे रेफरीआं दे नाल संपर्क कर लवे आओ करी वाली आ बब्बू ते जाण वाली आ सुखा करी वाली आ बब्बू ते जाण वाली आ सुखा बल्ले 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 पै गई रेड एक बारी मार दो ताड़ियां बब्बू दे लई मुंडा कहिंदे यार मूहरे होके टाइम करा गया पूरे होके टाइम करा गया ओ पतंदरा ते टाइम पीसर वर्गा ए हाथ पाले वड्डे वड्डे टाइम खुद रुक जांदे है अगली कबड्डी दे विच आओ 21 दी 31 बराबर दियां भाजियां ए मुंडा मोगे वाला ए कंडियाल दा हैप्पी आए कहंदा पिंडा विचों पिंड सुनीदा ओ पिंड सुनीदा मोगा ओथों दा इक साध सुनीदा ते घर घर जी दी सोभा आउंदी जांदी नूं घड़ा चकाउंदा ਪਿੱਛੋਂ ਮਾਰਦਾ ਗੋਡਾ ਨਹੀਂ ਲੱਕ ਮੇਰਾ ਪਤਲਾ ਜਿਹਾ ਭਾਰ ਸਹਿਣ ਨਾ ਜੋਗਾ ਲੱਕ ਮੇਰਾ ਪਤਲਾ ਜਿਹਾ ਭਾਰ ਸਹਿਣ ਨਾ ਜੋਗਾ ਵਾਹ ਜਸਵਿੰਦਰਾ ਨਹੀਂ ਹੋ ਰਿਸ ਕਹਿੰਦੇ ਲੋਕ ਬੋਲੀਆਂ ਦੇ ਵਿੱਚ ਜਿਲੇ ਮੋਗੇ ਦਾ ਅਕਸਰ ਹੀ ਜ਼ਿਕਰ ਹੁੰਦਾ ਮੇਰੇ ਵੀਰੋ ਆਓ ਸਾਹਮਣੇ ਕਹਿੰਦੇ ਪਰਮ ਦਾ ਵੀਰ ਰਣਜੀਤ ਪਰਮ ਦਾ ਵੀਰ ਰਣਜੀਤ ਪਰਮ ਦਾ ਵੀਰ ਰਣਜੀਤ ਜੱਫਾ ਖਾ ਬੈਠਾ ਫਕਰ ਚੰਡੇ ਵਾਲਾ ਸੋਨੀ ਬੱਲੇ ਬੱਲੇ ਕਰਾ ਗਿਆ एक बारी मार दो जोरदार ताड़ियां नंबर सुंदर कर दिए नंबर कीरत सिद्धू फुल बाग सिद्धू गुरमेर सिंह जी दे याद दे विच बोलां दे लई 500 रुपए दे वड्डे मान सम्मान मेरे लिए पुजदे कीते आए हो धन्नवाद आए बापू जी पैसे सीधे खिडारी नूं पहुंचदे कर दिओ मैं बाबा कलवंत सिंह जी रवि सोनिया 500 रुपया लैके जा इक ज्ञानी आ जा हेलो हां जी अगले मैच दी कमेंट्री हेलो अगले मैच दी कमेंटर दीप लथिया ते दातीवास सर जी दातीवास साडे दरम्यान उधर हरपाल सिंह जी भाला बोलां दे बहुत वड्डे मान पुजदे करदे आ धन्नवाद है हरपाल सिंह जी पर हां जी जेडे नंबर है गग्गी लोपो मालवा अकैडमी दे नंबर ने 20 ते फक्कर चंडे दी टीम दे नंबर ने 29 फकर झंडा आ मैच विच जीतू रही है सरबजीत ते दीप ने आ मैच दी बात पाउणगे उधर गिल परिवार दा लुड्डियां पाउंदा फिरदा मुंडा गिल परिवार दा लखविंदर सिंह जी देबी बोलां दे बहुत वड्डे मान ते सन्मान पुजदे करके गए है लखविंदर सिंह जी देबी खेडां वतन पंजाब दीआं जिहदे विच वड्डा योगदान अदा कीता है सो धन्नवाद है बहुत वड्डे मान ते सन्मान सोनी मीते दे वल्लों बहुत सारा मान ते सन्मान 1100 रुपए दे नाल मेरे लई पुज्जिआ ਉਹ ਧੰਨਵਾਦ ਹੈ ਵੱਡੇ ਵੀਰ ਦਾ